ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਅੱਜ ਕੋਟੀ ਸਿੰਘਾਂ ਵਿਖੇ ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਕੜ ਵੱਲੋਂ ਕਸਬੇ 'ਚ ਇੰਟਰਲੋਕ ਟਾਈਲ ਲਗਾਉਣ ਸੰਬੰਧੀ ਗਊਸ਼ਾਲਾ ਸ਼ਮਸ਼ਾਨ ਘਾਟ ਤੱਕ ਮਸੀਤਾ ਰੋਡ ਤੋਂ ਸੁੰਦਰ ਨਗਰ ਜਾਨੀਆ ਰੋਡ 'ਤੇ ਗਲੀ ਨੰਬਰ 13 ਤੱਕ ਦੇ ਗੋਗੇ ਪਲਤੇ ਦੇ ਘਰ ਤੋਂ ਬਾਹਰ ਰੋਡ ਡੈਰੀ ਤੱਕ ਗਲੀ ਦੇ ਨਾਲ ਲੱਗਦੀਆਂ ਗਲੀਆਂ ਦਾ ਇੰਟਰਲੋਕ ਟਾਈਲ ਲਗਾਉਣ ਸੰਬੰਧੀ ਉਦਘਾਟਨ ਕੀਤਾ ਗਿਆ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਸੁਖਜੀਤ ਸਿੰਘ ਕਾਕਾ ਲੋਕੜ ਨੇ ਕਿਹਾ ਕਿ ਕਸਬੇ 'ਚ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਤਕਰੀਬਨ 1,67,00,000 ਰੁਪਏ ਦੀ ਗ੍ਰਾਂਟ ਪਾਸ ਹੋਈ ਹੈ, ਜਿਸ ਵਿੱਚੋਂ ਨਗਰ ਪੰਚਾਇਤ ਦਫ਼ਤਰ ਲਈ ਇੱਕ ਟਰੈਕਟਰ ਅਤੇ ਹੋਰ ਸਮਾਨ ਲਿਆ ਗਿਆ ਹੈ, ਜਿਸ ਉੱਪਰ ਤਕਰੀਬਨ 27,00,000 ਰੁਪਏ ਲੱਗ ਚੁੱਕੇ ਹਨ ਅਤੇ ਬਾਕੀ ਰਹਿੰਦੇ 1,40,00,000 ਰੁਪਏ ਨਾਲ ਕਸਬੇ 'ਚ 17 ਵਿਕਾਸ ਕਾਰਜ ਨਿਬੇੜੇ ਚਾਲੇ ਜਾਣਗੇ। ਆਓ ਸੁਣਦੇ ਹਾਂ ਇਸ ਮੌਕੇ ਹੋਰ ਕੀ ਕਿਹਾ। ਨਗਰ ਪੰਚਾਇਤ ਘੋੜੀ ਸੇਖਾਂ ਵਿਖੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਲੋਕਲ ਬਾਡੀ ਦੇ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੀ, ਉਹਨਾਂ ਦੇ ਆਦੇਸ਼ਾਂ ਦੇ ਅਨੁਸਾਰ ਅੱਜ ਅਸੀਂ ਨੀਂਹ ਪੱਥਰ ਜਿਹੜਾ ਰੱਖ ਰਹੇ ਹਾਂ 86,62,000 ਦਾ 86,62,000 ਦਾ ਅੱਜ ਗਲੀਆਂ ਨਾਲੀਆਂ ਦਾ ਜਿਹੜਾ ਨੀਂਹ ਪੱਥਰ ਰੱਖਣੇ ਹੈਗੇ ਆ। ਅਤੇ ਅਗਲੇ ਮਹੀਨੇ ਜਿਹੜੇ ਆ 2,02,00,000 ਦੇ ਕੰਮ ਫਿਰ ਸ਼ੁਰੂ ਕਰਾਏ ਜਾਣਗੇ। ਇੱਕ ਸਰ ਜਿਹੜਾ ਹੈਗਾ ਕਰੋਨਾ ਮਹਾਂਮਾਰੀ ਲੈ ਕੇ ਅਫਵਾਹਾਂ ਲੋਕ ਫੈਲਾ ਰਹੇ ਨੇ, ਉਹਦੇ ਬਾਰੇ ਕੀ ਸੁਣਿਆ ਦੇਣਾ ਚਾਹੁੰਦੇ? ਦੇਖੋ ਜੀ, ਕਰੋਨਾ ਮਹਾਂਮਾਰੀ ਨੂੰ ਲੈ ਕੇ ਜਿਹੜਾ ਅਫਵਾਹਾਂ ਜਿਹੜੀਆਂ ਗਲਤ ਫੈਲਾਉਣੀਆਂ ਜਿਹੜੀਆਂ ਉਹ ਬਹੁਤ ਮਾੜੀ ਗੱਲ ਹੈਗੀ ਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਪਹਿਲਾਂ ਹੀ ਇਹ ਬਹੁਤ ਵਧੀਆ ਫੈਸਲਾ ਲਿਆ। ਸਾਰਿਆਂ ਨਾਲੋਂ ਪਹਿਲਾਂ ਆਪਣੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ, ਲੋਕਡਾਊਨ ਕੀਤਾ, ਜਿਸ ਕਰਕੇ ਸਾਡੇ ਪੰਜਾਬ ਦਾ ਬਹੁਤ ਵੱਡਾ ਬਚਾਅ ਹੋਇਆ। ਸਭ ਤੋਂ ਪਹਿਲਾਂ ਤਾਂ ਮੈਂ ਨਿਊਜ਼ ਪੰਜਾਬੀ ਦੀ ਦਾ ਚੈਨਲ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਕੋਟ ਕੀਸੇ ਖਾਂ ਵਿੱਚ ਆ ਕੇ ਆਪਣੇ ਜੋ ਨਗਰ ਪੰਚਾਇਤ ਦੇ ਸਾਡੇ ਕੰਮ ਜੋ ਹਲਕਾ ਵਿਧਾਇਕ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਜੀ ਦੀ ਰਹਿਨੁਮਾਈ ਹੇਠਾਂ ਅੱਜ ਸ਼ੁਰੂਆਤ ਹੋਈ ਹੈ। ਇਸ ਤੋਂ ਪਹਿਲਾਂ ਵੀ ਕਾਫੀ ਕੰਮਾਂ ਦੀ ਸ਼ੁਰੂਆਤ ਲੋਹਗੜ੍ਹ ਸਾਹਿਬ ਨੇ ਕੀਤੀ, ਪਰ ਅੱਜ ਦਾ ਦਿਨ ਕੋਟੀ ਸੇਖਾਂ ਲਈ ਇੱਕ ਬਹੁਤ ਹੀ ਅਹਿਮ ਅਤੇ ਇਤਿਹਾਸਿਕ ਦਿਨ ਹੈ। ਅੱਜ 2,94,000 ਰੁਪਏ ਦੇ ਜਿਹੜੇ ਕਿ ਸਾਡੇ ਟੈਂਡਰ ਲੱਗ ਚੁੱਕੇ ਹਨ, ਜਿਨ੍ਹਾਂ ਵਿੱਚੋਂ 86,62,000 ਦੇ ਜੋ ਕਿ ਕੰਮ ਅੱਜ MLA ਸਾਹਿਬ ਦੀ ਕਿਰਪਾ ਨਾਲ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਉਹਨਾਂ ਨੇ 1,40,00,000 ਦੀ ਜਿਹੜੀ ਗ੍ਰਾਂਟ ਹੈ ਸਾਡੇ ਕੋਟੀ ਸੇਖਾਂ ਨੂੰ, ਨਗਰ ਪੰਚਾਇਤ ਕੋਟੀਸੇ ਖਾਂ ਨੂੰ MLA ਸਾਹਿਬ ਦੇ ਸਦਕਾ ਮਿਲੀ ਹੈ। ਅਤੇ ਉਹ ਜਿਹੜਾ ਇੱਕ ਇੱਕ ਪੈਸਾ ਵਧੀਆ ਢੰਗ ਨਾਲ ਔਰ ਕੋਟੀਸੇ ਖਾਂ ਦੀ ਡਿਵੈਲਪਮੈਂਟ 'ਤੇ ਖਰਚਾ ਕੀਤਾ ਜਾਏਗਾ। ਔਰ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਨਗਰ ਪੰਚਾਇਤ ਦਾ ਸਾਥ ਦੇਣ, ਜਿਹੜੇ ਨਿੱਕੇ ਮੋਟੇ ਸਮੱਸਿਆ ਹਨ ਉਹਦਾ ਵੀ ਜਲਦੀ ਤੋਂ ਜਲਦੀ ਹੱਲ ਹੋਏਗਾ। ਜਿਸ ਤਰ੍ਹਾਂ ਕਿ ਅੱਜ MLA ਸਾਹਿਬ ਨੇ ਆ ਕੇ 3 ਜਗ੍ਹਾ ਦਾ ਉਦਘਾਟਨ ਕੀਤਾ, ਗਊਸ਼ਾਲਾ ਕੋਲ, ਇੱਕ ਗਊਸ਼ਾਲਾ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ, ਉਸ ਤੋਂ ਬਾਅਦ ਅੰਮ੍ਰਿਤਸਰ ਰੋਡ ਤੋਂ ਸ਼ੇਰੂ ਡੈਰੀ ਤੋਂ ਲੈ ਕੇ ਗੋਗੇ ਪਲਤੇ ਦੇ ਘਰ ਤੱਕ, ਸੁੰਦਰ ਨਗਰ ਗੁਰਦੁਆਰਾ ਸ਼੍ਰੀ ਕਲਗੀਧਰ ਤੋਂ ਲੈ ਕੇ ਜਾਣੀਆਂ ਦੀ ਹੱਦ ਤੱਕ ਇਹ ਜਿਹੜੇ 3 ਕੰਮ ਦੀ ਸ਼ੁਰੂਆਤ ਕੀਤੀ ਹੈ। ਅਤੇ ਉਸ ਤੋਂ ਇਲਾਵਾ ਇੱਕ ਟਰੈਕਟਰ ਜੋ ਕਿ ਨਵਾਂ ਗ੍ਰਾਂਟ ਰਾਹੀਂ ਇੱਕ ਆਇਆ ਸੀ ਟਰੈਕਟਰ, ਔਰ ਉਹਦੇ ਨਾਲ ਮਸ਼ੀਨਰੀ, ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਹਰ ਜਗ੍ਹਾ 'ਤੇ ਕੂੜੇ ਕਚਰੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਉਹ ਮਸ਼ੀਨਰੀ ਦੇ ਵਿੱਚ ਪ੍ਰੋਜੈਕਟ ਇਸ ਤਰ੍ਹਾਂ ਦਾ ਆਇਆ ਕਿ ਇੱਕ ਮਸ਼ੀਨਰੀ ਦੇ ਵਿੱਚ ਆਪਾਂ ਸ਼ਹਿਰ ਦਾ ਜਿੰਨਾ ਵੀ ਕੂੜਾ ਉਹਦੇ 'ਚ ਪਾਵਾਂਗੇ ਔਰ ਅਲੱਗ ਅਲੱਗ ਕਿਸਮਾਂ ਦੇ ਨਾਲ ਉਹਦੀ ਛਾਂਟੀ ਹੋਏਗੀ, ਉਹਦੇ ਵਿੱਚੋਂ ਖਾਦ ਬਣੇਗੀ, ਉਹਦੇ ਵਿੱਚੋਂ ਜਿਹੜੇ ਲਿਫਾਫੇ ਹਨ ਪੋਲੋਥੀਨ ਹਨ ਉਹ ਅਲੱਗ ਹੋਣਗੇ। ਅਤੇ ਉਹ ਪੋਲੋਥੀਨਾਂ ਨੂੰ ਇੱਕ ਮਸ਼ੀਨ ਹੋਰ ਆਈ ਹੈ ਜਿਹਦੇ ਵਿੱਚ ਉਹ ਪੋਲੋਥੀਨ ਆਪਾਂ ਵਿੱਚ ਪਾਵਾਂਗੇ ਔਰ ਉਹ ਨਸ਼ਟ ਹੋ ਜਾਏਗਾ। ਜਿੰਨਾ ਵੀ ਇੱਕ ਇੱਕ ਤਾਂ ਉਹਦੇ ਨਾਲ ਸੀਵਰੇਜ ਦੀ ਜਿੰਨੀ ਪ੍ਰੋਬਲਮ ਹੈ, ਗਲੀਆਂ ਨਾਲੀਆਂ 'ਚ ਲਿਫਾਫੇ ਫਸ ਜਾਂਦੇ ਹਨ, ਉਹਦੇ ਤੋਂ ਰਾਹਤ ਮਿਲੇਗੀ। ਔਰ ਅਸੀਂ ਲਾਸਟ ਵਿੱਚ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਵੀ MLA ਸਾਹਿਬ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਔਰ ਖਾਸ ਕਰਕੇ ਨਗਰ ਪੰਚਾਇਤ ਦੇ ਸਾਡੇ ਜਿੰਨੇ ਵੀ ਅਫਸਰ ਸਾਹਿਬਾਨ ਹਨ, EO ਸਾਹਿਬ, JEE ਸਾਹਿਬ, ਜਿੰਨਾ ਸਟਾਫ ਹੈ ਉਹ ਬਹੁਤ ਵਧੀਆ ਸਹਿਯੋਗ ਦੇ ਰਿਹਾ, ਅਸੀਂ ਇਹਨਾਂ ਦਾ ਵੀ ਧੰਨਵਾਦੀ ਹਾਂ ਜੀ।